ਯਾਰ ਇਹ ਬੰਦਾ ਨੈਗੇਟਿਵ ਆ ਤੇ ਇਹ ਬੰਦਾ ਪੋਜ਼ਿਟਿਵ ਆ, ਇਹ ਸਾਰੀਆਂ ਚੀਜ਼ਾਂ ਦੀ ਇਹਦੀ ਅੰਡਰ ਸਰਚ ਹੁੰਦੀ ਹੈ। ਜਿਹੜਾ ਬੰਦਾ ਨੈਗੇਟਿਵ ਹੈ ਨਾ, ਉਹ ਆਪਣੀ ਤਾਰੀਫ ਦਾ ਭੁੱਖਾ ਹੋਊਗਾ। ਇਹ ਨੈਗੇਟਿਵ ਬੰਦੇ ਦੀ ਨਿਸ਼ਾਨੀ ਹੁੰਦੀ, ਨਿਸ਼ਾਨੀ ਹੈ ਜਿਹੜੀ ਪ੍ਰਸ਼ੰਸਾ ਦੀ ਭੁੱਖ ਹੁੰਦੀ ਹੈ ਬੰਦੇ 'ਚ। ਮੰਨ ਲਓ ਮੈਂ ਕਿਸੇ ਨੂੰ ਰੋਟੀ ਦੇ ਰਹੀ ਹਾਂ, ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਮੈਂ ਉਹਦੇ ਤੋਂ ਡਿਮਾਂਡ ਕਰੂੰਗੀ ਕਿ ਤੂੰ ਮੈਨੂੰ ਇਸ ਰੋਟੀ ਦੇ ਪੈਸੇ ਦੇ। ਬੰਦਿਆਂ ਨਾਲੋਂ, ਆਮ ਸੋਸਾਇਟੀ ਨਾਲੋਂ ਉਸ ਬੰਦੇ ਦਾ ਕੀ ਫਰਕ ਹੋਊਗਾ? ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਆਪਣੇ ਕਮਰੇ 'ਚ, ਉਹਦਾ ਅਲੱਗ ਹੀ ਇਫੈਕਟ ਆ। ਕੁਦਰਤ ਗੱਲਾਂ ਸੁਣਦੀ ਹੈ, ਗੱਲਾਂ ਸੁਣਦੀ ਹੈ, ਹਰੇਕ ਚੀਜ਼ ਸੁਣਦੀ ਹੈ। ਮਨਪ੍ਰੀਤ, ਇਹ ਬਹੁਤ ਗੱਲਾਂ ਸੁਣਦੇ ਹਨ ਲੋਕ, ਆਮ ਗੱਲਾਂ ਕਰਦੇ ਨੇ ਕਿ ਯਾਰ ਇਹ ਬੰਦਾ ਨੈਗੇਟਿਵ ਆ ਤੇ ਇਹ ਬੰਦਾ ਪੋਜ਼ਿਟਿਵ ਆ, ਇਹ ਸਾਰੀਆਂ ਚੀਜ਼ਾਂ ਦੀ ਇਹਦੀ ਅੰਡਰ ਸਰਚ ਹੁੰਦੀ ਹੈ, ਪੜ੍ਹਾਈ ਹੁੰਦੀ ਹੈ? ਬਿਲਕੁਲ ਹੁੰਦੀ ਹੈ, ਕਿਉਂਕਿ ਜਿਹੜਾ ਬੰਦਾ ਨੈਗੇਟਿਵ ਹੈ ਨਾ, ਉਹ ਆਪਣੀ ਤਾਰੀਫ ਦਾ ਭੁੱਖਾ ਹੋਊਗਾ ਕਿ ਮੈਂ ਅੱਜ ਆਈ ਹਾਂ, ਮੈਂ ਕਿਵੇਂ ਦੀ ਲੱਗ ਰਹੀ ਹਾਂ, ਮੈਂ ਸੋਹਣੀ ਲੱਗ ਰਹੀ ਹਾਂ ਕਿ ਨਹੀਂ ਲੱਗ ਰਹੀ। ਇਹ ਨੈਗੇਟਿਵ ਚੀਜ਼ਾਂ ਨੇ, ਇਹ ਨੈਗੇਟਿਵ ਬੰਦੇ ਦੀ ਨਿਸ਼ਾਨੀ ਹੁੰਦੀ, ਨਿਸ਼ਾਨੀ ਹੈ ਜਿਹੜੀ ਪ੍ਰਸ਼ੰਸਾ ਦੀ ਭੁੱਖ ਹੁੰਦੀ ਹੈ ਬੰਦੇ 'ਚ, ਭੁੱਖ ਹੁੰਦੀ ਹੈ। ਦੇਖੋ ਜੋ ਬੰਦਾ ਆਲੋਚਨਾ ਤੋਂ ਭੱਜਦਾ ਕਿ ਲੋਕ ਮੇਰੀ ਆਲੋਚਨਾ ਕਰਨਗੇ, ਜਾਂ ਫਿਰ ਮਤਲਬ ਇਹ ਨਹੀਂ ਸੋਚਦਾ ਕਿ ਮੈਂ ਦੇਣਾ ਹੈ ਲੋਕਾਂ ਨੂੰ, ਮਤਲਬ ਉਹਨੂੰ ਇਹ ਵੀ ਭੁੱਖ ਹੁੰਦੀ ਹੈ ਕਿ ਮੈਨੂੰ ਲੋਕ ਦੇਣ, ਮੈਂ ਕਿਸੇ ਨੂੰ ਕੁਝ ਨਾ ਦੇਵਾਂ। ਮੰਨ ਲਓ ਮੈਂ ਕਿਸੇ ਨੂੰ ਰੋਟੀ ਦੇ ਰਹੀ ਹਾਂ, ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਮੈਂ ਉਹਦੇ ਤੋਂ ਡਿਮਾਂਡ ਕਰੂੰਗੀ ਕਿ ਤੂੰ ਮੈਨੂੰ ਇਸ ਰੋਟੀ ਦੇ ਪੈਸੇ ਦੇ, ਮੈਨੂੰ ਪੇ ਕਰ। ਠੀਕ ਹੈ, ਇਹ ਵੀ ਇੱਕ ਮਤਲਬ ਨੈਗੇਟਿਵ ਅਤੇ ਪੋਜ਼ਿਟਿਵ ਇਨਸਾਨ ਦੀ ਹੈ। ਜਿਹੜਾ ਪੋਜ਼ਿਟਿਵ ਇਨਸਾਨ ਆ, ਉਹ ਪੰਛੀਆਂ ਦੇ ਪ੍ਰਤੀ, ਜਾਨਵਰਾਂ ਦੇ ਪ੍ਰਤੀ ਅਤੇ ਕੁਦਰਤ ਦੇ ਪ੍ਰਤੀ ਮਤਲਬ ਕਦੇ ਵੀ ਉਹਨਾਂ ਨੂੰ ਹਾਰਮ ਕਰਨ ਦੀ ਸੋਚੂਗਾ ਹੀ ਨਹੀਂ। ਉਹਦੇ 'ਚ ਉਹ ਜਿਹੜੀ ਭਾਵਨਾ ਨਾ, ਮਤਲਬ ਕਿਸੇ ਨੂੰ ਦੁਖੀ ਕਰਨ ਦੀ, ਕਿਸੇ ਦਾ ਮਤਲਬ ਕਮਾਇਆ ਹੋਇਆ ਧਨ ਖਾਣ ਦੀ, ਉਹਦੇ 'ਚ ਉਹ ਆਦਤ ਖਤਮ ਹੋ ਚੁੱਕੀ। ਹਾਂਜੀ, ਜਿਹੜੇ ਲੋਕ ਹੈ, ਤੁਹਾਨੂੰ ਕੀ ਲੱਗਦਾ ਵੀ ਜਿਹੜੇ ਮੈਡੀਟੇਸ਼ਨ ਦੇ ਨਾਲ ਜੁੜਦੇ ਨੇ, ਜਾਂ ਕਿਸੇ ਵੀ ਇੱਕ ਚੀਜ਼ ਨੂੰ, ਚਾਹੇ ਉਹ ਗੁਰਬਾਣੀ ਦੇ ਲੜ ਲੱਗਦੇ ਨੇ, ਚਾਹੇ ਕਿਸੇ ਵੀ ਇੱਕ ਸ਼ਬਦ ਦੀ ਜੇ ਕੋਈ ਬੰਦਾ ਉਸ ਚੀਜ਼ ਦਾ ਨਿਤਨੇਮ ਕਰਦਾ, ਜਾਪ ਕਰਦਾ, ਉਚਾਰਨ ਕਰਦਾ, ਆਮ ਲੋਕ ਬੰਦਿਆਂ ਨਾਲੋਂ, ਆਮ ਸੋਸਾਇਟੀ ਨਾਲੋਂ ਉਸ ਬੰਦੇ ਦਾ ਕੀ ਫਰਕ ਹੋਊਗਾ? ਦੇਖੋ ਜਿਹੜੀ ਤਾਂ ਮੈਡੀਟੇਸ਼ਨ ਹੈ ਨਾ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਆਪਣੇ ਕਮਰੇ 'ਚ, ਉਹਦਾ ਅਲੱਗ ਇਫੈਕਟ ਆ। ਉਹ ਸਾਡੇ ਮਤਲਬ ਸਿਰਫ ਅੰਦਰ, ਕਿਉਂਕਿ ਅਸੀਂ ਆਪਣੇ ਮਨ 'ਚ ਪੜ੍ਹ ਰਹੇ ਹਾਂ, ਉਹਦੇ ਨਾਲ ਸਾਡੀ ਆਤਮਾ ਦਾ ਸਤਰ ਵਧੂਗਾ, ਉਹਦੇ ਨਾਲ ਸਾਡੀ ਜਿਹੜੀ ਸੋਲ ਪਾਵਰ ਹੈ ਉਹ ਸਟਰੋਂਗ ਹੋਊਗੀ। ਜਦੋਂ ਅਸੀਂ ਮੰਨ ਲਓ ਖੁੱਲ੍ਹੇ ਜਗ੍ਹਾ 'ਤੇ ਗੁਰਬਾਣੀ ਪੜ੍ਹ ਰਹੇ ਹਾਂ ਜਾਂ ਕਿਸੇ ਵੀ ਪ੍ਰਾਚੀਨ ਮੰਤਰ ਦਾ ਉਚਾਰਨ ਕਰ ਰਹੇ ਹਾਂ, ਤਾਂ ਉਹਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਸਰੀਰ 'ਤੇ ਵੀ ਪਊਗਾ, ਸਾਡੀ ਆਤਮਾ 'ਤੇ ਵੀ ਪਊਗਾ, ਅਤੇ ਯੂਨੀਵਰਸਲ ਇਫੈਕਟ ਵੀ ਪੈਣਗੀ, ਕਿਉਂਕਿ ਕੁਦਰਤ ਸੁਣਦੀ ਹੈ। ਕੁਦਰਤ ਗੱਲਾਂ ਸੁਣਦੀ ਹੈ, ਗੱਲਾਂ ਸੁਣਦੀ ਹੈ, ਹਰੇਕ ਚੀਜ਼ ਸੁਣਦੀ ਹੈ। ਜੋ ਵੀ ਮਤਲਬ ਗੁਰਬਾਣੀ ਹੈ, ਜੋ ਵੀ ਮੰਤਰ ਨੇ, ਉਹ ਸਾਰੀਆਂ ਚੀਜ਼ਾਂ ਦਾ ਸਾਨੂੰ ਫਿਰ ਬੈਕਫਾਇਰ ਕਰਦੀ ਹੈ।